ਰਾਮਸਰੂਪਨਖੀ ਦੇ ਨੋਵਲ ਪੀਮਾਂ ਦੇ 39ਵੇਂ ਅੰਗ ਦਾ ਬਾਕੀ ਦਾ ਹਿੱਸਾ ਜਦੋਂ ਅਕਾਲੀਆਂ ਦੀ ਸਰਕਾਰ ਸੀ ਵਾਰਦਾਤ ਹੋਈ ਤੋਂ ਪੁਲਿਸ ਪਹਿਲਾਂ ਨੱਥਾ ਸਿੰਘ ਦੇ ਘਰ ਆਉਂਦੀ ਨੱਥਾ ਸਿੰਘ ਵੱਲੋਂ ਸਰਕਾਰੀ ਅਫਸਰਾਂ ਕਾਨੂੰਗੋ ਪਟਵਾਰੀਆਂ ਤੇ ਖਾਕੀ ਵਰਦੀ ਵਾਲੇ ਕਰਮਚਾਰੀਆਂ ਲਈ 24 ਘੰਟੇ ਲੰਗਰ ਖੁੱਲਾ ਰਹਿੰਦਾ ਸੀ ਉਹ ਘਰ 'ਚ ਦੋ ਦੋ ਤਿੰਨ ਤਿੰਨ ਸੱਜਰ ਸੂਈਆਂ ਮੱਜਾਂ ਰੱਖਦਾ ਦਾਲਾਂ ਦੇ ਗੱਟੇ ਖਰੀਦ ਕੇ ਲਿਆਉਂਦਾ ਪਿੰਡ ਨੇੜੇ ਨਿਆਇੰਚੋ ਦੀ ਬਗੀਚੀ 'ਚ ਕਈ ਪ੍ਰਕਾਰ ਦੀਆਂ ਮੌਸਮੀ ਸਬਜ਼ੀਆਂ ਹੁੰਦੀਆਂ। ਰੁੱਖਾਂ ਉੱਤੇ ਤੋਰੀਆਂ, ਚੌਲਿਆਂ ਦੀਆਂ ਫਲੀਆਂ ਆਮ ਹੁੰਦੀਆਂ, ਗੰਡੇ, ਲਸਣ, ਧਣੀਆਂ ਸਭ ਹੁੰਦਾ ਸੀ। ਨੱਥਾ ਸਿੰਘ ਪਿੰਡ ਦਾ ਸਰਪੰਚ ਹੀ ਨਹੀਂ ਸੀ, ਉਹ ਪੁਲਿਸ ਦਾ ਟਾਊਟ ਵੀ ਸੀ। ਕਸੂਰਵਾਰ ਧਿਰ ਨੂੰ ਸਦਨ ਤੋਂ ਪਹਿਲਾਂ ਹੀ ਸਾਰੀ ਸੂ ਪੁਲਿਸ ਕੋਲ ਹੁੰਦੀ। ਨੱਥਾ ਸਿੰਘ ਇਸੇ ਗੱਲ ਦੀ ਖੱਟੀ ਖਾਂਦਾ ਸੀ। ਪੁਲਿਸ ਥਾਣੇਦਾਰ ਉਹਦੀ ਸਿਫਾਰਿਸ਼ ਮੰਨਦਾ। ਉਹ ਵਿੱਚ ਬੈ ਕੇ ਦੋਵੇਂ ਧਿਰਾਂ ਦਾ ਸਮਝੌਤਾ ਕਰਵਾ ਦਿੰਦਾ। ਪੁਲਿਸ ਨੂੰ ਦੋਵੇਂ ਤੇ ਰਾਮਲੋਂ ਚੜਾਵਾ ਮਿਲ ਚੁੱਕਿਆ ਹੁੰਦਾ ਇਹ ਸਭ ਨੱਥਾ ਸਿੰਘ ਦੇ ਪੈਰੋਂ ਹੀ ਹੁੰਦਾ ਸੀ ਸਰਕਾਰੀ ਅਫਸਰਾਂ ਦੀ ਸੇਵਾ ਸੰਭਾਲ ਨੱਥਾ ਸਿੰਘ ਨੂੰ ਮਹਿੰਗੀ ਨਹੀਂ ਪੈਂਦੀ ਸੀ ਸਗੋਂ ਤਾਂ ਖੱਟ ਜਾਂਦਾ ਇਸ ਪੱਖੋਂ ਹੋਰ ਕਿਧਰੋਂ ਰੋਟੀ ਨਾ ਮਿਲਦੀ ਪਟਵਾਰੀ ਉਹਦੇ ਘਰੋਂ ਰੋਟੀ ਖਾਂਦਾ ਇਸ ਇਵਸ ਜੋ ਨੱਥਾ ਸਿੰਘ ਦਾ ਮੁਫਤ ਕੰਮ ਹੀ ਨਹੀਂ ਕਰਦੇ ਸੀ ਉਹਦੇ ਕਹੇ ਤੋਂ ਹੋਰਾਂ ਜੱਟਾਂ ਦੇ ਅਰਥ ਵੀ ਸਾਰ ਦਿੰਦੇ ਕਾਂਗਰਸ ਸਰਕਾਰ ਵੇਲੇ ਇਹੀ ਕੰਮ ਬੱਗਾ ਸਿੰਘ ਦਾ ਹੁੰਦਾ ਬੱਗਾ ਸਿੰਘ ਦੇ ਘਰ ਚ ਨੱਥਾ ਸਿੰਘ ਜਿੰਨੀ ਗਿੱਲ ਸੀ ਤਿੰਨ ਤਿੰਨ ਸੱਜਰ ਸੂਈਆਂ ਮੱਜਾਂ ਉਹਦੇ ਖਿੱਲਿਆਂ ਤੇ ਵੀ ਵੱਜੀਆਂ ਰਹਿੰਦੀਆਂ ਦੁੱਧ ਲੱਸੀ ਆਮ ਹੁੰਦਾ ਉਹਨਾਂ ਦੀ ਸਬਾਤ ਚ ਵੀ ਆਟੇ ਦੀਆਂ ਬੋਰੀਆਂ ਤੇ ਮੋਟ ਮੂੰਗੀ ਦੇ ਗੱਟੇ ਵਾਧੂ ਪਏ ਰਹਿੰਦੇ ਪਿੰਡ ਨੇੜੇ ਦੀਆਂ ਨਿਆਈਆਂ ਚ ਉਹਦੀ ਬਗੀਚੀ ਵੀ ਸੀ ਜਿਸ ਭਾਂਤ ਭਾਂਦੀਆਂ ਸਬਜ਼ੀਆਂ ਤੇ ਰੁੱਖਾਂ ਤੇ ਵੇਲਾਂ ਚੜੀਆਂ ਹੋਈਆਂ ਸਨ ਗੰਡੇ ਲਸਣ ਧਣੀਆਂ ਸਬਜ਼ੀ ਤੇ ਕਾਂਗਰਸ ਸਰਕਾਰ ਦੇ ਦਿਨਾਂ ਚ ਉਹਦੀ ਸਰਦਾਰੀ ਸੀ ਪਰ ਪਿਛਲੇ 10 ਸਾਲਾਂ ਤੋਂ ਇਹ ਸਭ ਸਿਲਸਿਲਾ ਖਤਮ ਸੀ ਸੋਦਾਗਰ ਸਿੰਘ ਜਦੋਂ ਸਰਪੰਚ ਸੀ ਉਹਦੇ ਘਰ ਕੋਈ ਸਰਕਾਰੀ ਅਫਸਰ ਨਹੀਂ ਆਉਂਦਾ ਸੀ ਪਟਵਾਰੀ ਪਰੇ-ਪਰੇ ਰਹਿੰਦੇ ਪੁਲਿਸ ਵਾਲਿਆਂ ਨੇ ਤਾਂ ਆਉਣਾ ਹੀ ਕੀ ਸੀ ਨੌਜਵਾਨ ਸਭਾ ਪਿੰਡ ਵਾਲਿਆਂ ਨੂੰ ਸਮਝਾਉਂਦੀ ਕਿ ਉਹ ਬਲਤਾਪਸੀ ਝਗੜਿਆਂ 'ਚ ਨਾ ਪਿਆ ਕਰਨ ਜੇ ਕੋਈ ਝਗੜਾ ਦੋ ਧਿਰਾਂ ਵਿਚਕਾਰ ਹੋ ਵੀ ਜਾਂਦਾ ਹੈ ਤਾਂ ਰਾਮਾ ਮੰਡੀ ਨੂੰ ਨਾ ਭੱਜਿਆ ਕਰ ਪੰਚਾਇਤ ਕਾਦੇ ਵਾਸਤੇ ਹੈ ਨੌਜਵਾਨ ਸਭ ਕਹਿੰਨਾਂ ਦੀ ਹੈ ਨੌਜਵਾਨ ਸਭਾ ਕਹਿੰਨਾਂ ਦੀ ਹੈ ਉਹ ਆਖਦੇ ਅਸੀਂ ਤੁਹਾਡੇ ਧੀਆ ਪੁੱਤਾਂ ਬਾਹਰੋਂ ਤਾਂ ਨਹੀਂ ਕਿਧਰੋਂ ਆਏ ਹੋਏ ਤੁਸੀਂ ਸਾਨੂੰ ਦੱਸਿਆ ਕਰੋ ਤੇ ਹੁਣ ਜਦੋਂ ਨਵੀਂ ਪੰਚਾਇਤ ਬਣੀ ਤਾਂ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਪਿੰਡ 'ਚ ਪੁਲਿਸ ਨੂੰ ਕਦੇ ਵੜਨ ਹੀ ਨਾ ਦਿੱਤਾ ਜਾਏ ਨੌਜਵਾਨ ਸਭਾ ਦੇ ਮੁੰਡੇ ਵੀ ਪੰਚਾਇਤ ਮੀਟਿੰਗ 'ਚ ਹਾਜ਼ਰ ਸਨ ਐਲਾਨ ਹੋਇਆ ਕਿ ਕਤਲ ਨੂੰ ਛੱਡ ਕੇ ਕੋਈ ਵੀ ਫੌਜਦਾਰੀ ਝਗੜਾ ਪੁਲਿਸ 'ਚ ਨਹੀਂ ਲਜਾਇਆ ਜਾਏਗਾ ਸਾਰੇ ਝਗੜਿਆਂ ਦਾ ਨਿਬੇੜਾ ਪੰਚਾਇਤ ਕਰੇਗੀ ਕਿਸੇ ਵੀ ਕਾਰਨ ਪੁਲਿਸ ਵਾਲਿਆਂ ਨੂੰ ਪਿੰਡ 'ਚ ਵੜਨ ਨਹੀਂ ਦੇਣਾ ਜੇ ਕਦੇ ਉਹ ਆ ਵੀ ਜਾਣ ਤੇ ਜਿਹੜਾ ਘਰ ਉਹਨਾਂ ਨੂੰ ਰੋਟੀ ਪਾਣੀ ਦੇਵੇਗਾ ਪੰਚਾਇਤ ਵੱਲੋਂ ਉਸ ਘਰ ਨੂੰ ਦੰਡ ਦਿੱਤਾ ਜਾਏਗਾ ਨਾਲ ਦੇ ਨਾਲ ਇਹ ਐਲਾਨ ਵੀ ਕੀਤਾ ਗਿਆ ਕਿ ਜائਦਾਦੀ ਮਸਲਿਆਂ ਨੂੰ ਛੱਡ ਕੇ ਕੋਈ ਅਦਾਲਤਾਂ 'ਚ ਨਾ ਜਾਵੇ। ਸਾਰੇ ਸਮਾਜਿਕ ਝਗੜੇ ਪੰਚਾਇਤ ਦੁਆਰਾ ਹੀ ਨਿਜੱਠੇ ਜਾਣਗੇ। ਕਤਲ ਨੂੰ ਛੱਡ ਕੇ ਜੋ ਪੁਲਿਸ ਥਾਣੇ ਜਾਏਗਾ ਜਾਂ ਜائਦਾਦੀ ਮਸਲਿਆਂ ਨੂੰ ਛੱਡ ਕੇ ਕੋਈ ਐਸ.ਡੀ.ਐਮ ਦੀ ਕਚਹਿਰੀ 'ਚ ਜਾਵੇ ਉਹਨੂੰ ਪੰਚਾਇਤ ਵੱਲੋਂ ਜੁਰਮਾਨਾ ਕੀਤਾ ਜਾਏਗਾ। ਪੰਚਾਇਤ ਦਾ ਇਹ ਤਜਰਬਾ ਬਹੁਤ ਕਾਮਯਾਬ ਰਿਹਾ। ਪਿਛਲੇ 1 ਸਾਲ ਤੋਂ ਕੋਈ ਵੀ ਆਦਮੀ ਰਾਮਾ ਮੰਡੀ ਪੁਲਿਸ ਥਾਣੇ 'ਚ ਨਹੀਂ ਗਿਆ ਸੀ। ਜਗਤਪੁਰ ਦਾ ਜਦੋਂ ਕੋਈ ਥਾਣੀ ਨਹੀਂ ਜਾਂਦਾ ਸੀ ਪੁਲਿਸ ਵੀ ਫਿਰ ਪਿੰਡ ਨਹੀਂ ਆਉਂਦੀ ਸੀ ਪੁਲਿਸ ਦੇ ਦੋ ਸਪਾਈ ਕਦੇ-ਕਦੇ ਪਿੰਡ ਆਉਂਦੇ ਉਹਨਾਂ ਨੂੰ ਕੋਈ ਮੂੰਹ ਨਹੀਂ ਸੀ ਲਾਉਂਦਾ ਸਰਪੰਚ ਦੇ ਘਰ ਡਰਦੇ ਸੰਗ ਦੇ ਜਾਂਦੇ ਹੀ ਨਹੀਂ ਸੀ ਨੱਥਾ ਸਿੰਘ ਤੇ ਬੱਗਾ ਸਿੰਘ ਦਾ ਵੀ ਪੁਲਿਸ ਜਾਂ ਹੋਰ ਸਰਕਾਰੀ ਅਫਸਰ ਨਾਲ ਕੋਈ ਵਾਅ ਵਾਸਤਾ ਨਹੀਂ ਰਹਿ ਗਿਆ ਸੀ ਉਹ ਦੋਵੇਂ ਤਨਾੜ ਜੱਟ ਹੁਣ ਉੰਜ ਵੀ ਨੌਜਵਾਨ ਸਭਾ ਦੇ ਮੁੰਡਿਆਂ ਤੋਂ ਡਰਦੇ ਸੀ ਮੁੰਡਿਆਂ ਦਾ ਕੀ ਸੀ ਉਹਨਾਂ ਨੇ ਕਿਸੇ ਤੋਂ ਕੀ ਲੈਣਾ ਸੀ ਉਹਨਾਂ ਨੇ ਤਾਂ ਐਵੇਂ ਕੋਈ ਬਹਾਨਾ ਬਣਾ ਕੇ ਉਹਨਾਂ ਦੀ ਲਾਹ-ਪਾਹ ਕਰ ਦੇਣੀ ਸੀ ਤੇ ਮੁੰਡੇ ਗੱਲੀ-ਗੱਲੀ ਦੋਵਾਂ ਦੇ ਕੰਨੀ ਆਪਣੀ ਗੱਲ ਕੱਢ ਚੁੱਕੇ ਸਨ ਨੱਥਾ ਸਿੰਘ ਨੂੰ ਦੋ ਮੁੰਡਿਆਂ ਨੇ ਇੱਕ ਦਿਨ ਆਖਿਆ ਸੀ ਤਾਇਆ ਸਰਕਾਰੂ ਬੰਦਿਆਂ ਨੂੰ ਮੂੰਹ ਨਾ ਲਾਇਆ ਕਰੋ ਇਹ ਤਾਂ ਗਰੀਬ ਜਨਤਾ ਨੂੰ ਲੁੱਟਦੇ ਖਾਂਦੇ ਫਿਰਦੇ ਆ ਦਫ਼ਤਰਾਂ 'ਚ ਜਾਓ ਤਾਂ ਪੈਸਾ ਲੈ ਵਗੈਰਾ ਅਗਲੇ ਦਾ ਕੰਮ ਨਹੀਂ ਕਰਦੇ ਤੇ ਇੱਥੇ ਪਿੰਡ ਆ ਕੇ ਭਿੱਜੀ ਬਿੱਲੀ ਬਣ ਜਾਂਦੇ ਆ ਸੇਵਾ ਕਰਾਉਣ ਦੇ ਮਾਰੇ ਕੁਝ ਹੋਰ ਮੁੰਡੇ ਇੱਕ ਦਿਨ ਬੱਗਾ ਸਿੰਘ ਦੇ ਘਰ ਗਏ ਸੀ ਕਹਿਣ ਤਾਂ ਇਹ ਗਏ ਸੀ ਕਿ ਨੌਜਵਾਨ ਸਭਾ ਨੇ ਪਿੰਡ 'ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਇਨਕਲਾਬੀ ਨਾਟਕ ਕਰਵਾਉਣੇ ਐ ਤੇ ਬੱਗਾ ਸਿੰਘ ਉਹਨਾਂ ਦੇ ਅੱਗੇ ਲਾਂਕੇ ਉਹਨਾਂ ਦੀ ਮਦਦ ਕਰੇ ਵਿਚਲੀ ਗੱਲ ਇਹ ਸੀ ਉਹਨਾਂ ਨੇ ਬੱਗਾ ਸਿੰਘ ਨੂੰ ਸਰਕਾਰੀ ਅਫਸਰਾਂ ਦੀ ਆਉ ਭਗਤ ਤੋਂ ਵਰਜਣਾ ਸੀ ਇੱਕ ਮੁੰਡਾ ਬਹੁਤ ਆਦਰ ਸਤਕਾਰ ਨਾਲ ਬੋਲਿਆ ਬਾਬਾ ਜੀ ਤੁਸੀਂ ਆਪ ਸੇ ਆਣੇ ਜਦੋਂ ਪਿੰਡ ਦਾ ਬੰਦਾ ਕੋਈ ਬਠਿੰਡੇ ਦੇ ਨਾ ਅਫਸਰਾਂ ਦੇ ਦਫ਼ਤਰਾਂ 'ਚ ਜਾਂਦਾ ਹੈ ਤਾਂ ਉਹਦੀ ਦੋ-ਦੋ ਦਿਨ ਕੋਈ ਗੱਲ ਹੀ ਨਹੀਂ ਸੁਣਦਾ ਖੱਜਲ ਖੁਆਰੀ ਹੁੰਦੀ ਹੈ ਇੱਥੇ ਆਿਆਂ ਦੀ ਇਹਨਾਂ ਦੀ ਆਪਾਂ ਪਰੌਣਿਆਂ ਵਾਂਗੂ ਸੇਵਾ ਕਰਦੇ ਆਂ ਇਹ ਆਪਾਂ ਨੂੰ ਬੰਦ ਕਰਨਾ ਚਾਹੀਦਾ ਕੀ ਲੱਗਦੇ ਨੇ ਅਫਸਰ ਆਪਣੇ ਆਪਣੇ ਕਿਤੇ ਕੋਈ ਰਿਸ਼ਤੇਦਾਰ ਨੇ ਤੁਸੀਂ ਵੀ ਬਾਬਾ ਜੀ ਇਹਨਾਂ ਨੂੰ ਮੂੰਹ ਨਾ ਲਾਇਆ ਕਰੋ ਇਹ ਅਫਸਰ ਤਾਂ ਹੱਡ ਖਾਣਾ ਜਾਣਦੇ ਨੇ ਚੰਮ ਲਾਉਂਦੇ ਨੇ ਗਰੀਬ ਲੋਕਾਂ ਦਾ ਬੱਗਾ ਸਿੰਘ ਨੇ ਮੁੰਡਿਆਂ ਦੀ ਗੱਲਾਂ ਗੌਰ ਨਾਲ ਸੁਣੀਆਂ ਹੱਥਾਂ ਉੱਤੇ ਹੱਥ ਕੁਮਾਰਿਆ ਸੀ ਅੱਖਾਂ ਅਧਮੇਟੀਆਂ ਨਾਲ ਹਾਂ ਹਾਂ ਕਰੀ ਗਿਆ ਬੋਲਿਆ ਤੁਸੀਂ ਕਾਕਾ ਡਰਾਮੇ ਜ਼ਰੂਰ ਕਰਾਓ ਮੈਨੂੰ ਸੇਵਾ ਦੱਸੋ ਜਿੰਨਾ ਫੰਡ ਕਹੋ ਮੈਂ ਭੇਜ ਦੂੰਗਾ ਪੰਚਾਇਤ ਦਾ ਕੰਮ ਬਹੁਤ ਵਧ ਗਿਆ ਹਰ ਐਤਵਾਰ ਮੀਟਿੰਗ ਕਰਨੀ ਪੈਂਦੀ ਸਾਰੇ ਮੈਂਬਰ ਇਕੱਠੇ ਹੁੰਦੇ ਹਰ ਐਤਵਾਰ ਪਿੰਡ ਦੇ ਝਗੜੇ ਪੇਸ਼ ਹੁੰਦੇ ਉਹਨਾਂ ਦੋਵੇਂ ਧਿਰਾਂ ਦੀਆਂ ਗੱਲਾਂ ਸੁਣ ਕੇ ਕੋਈ ਨਾ ਕੋਈ ਨਿਪਟਾਰਾ ਕਰਨਾ ਪੈਂਦਾ ਦੋਵਾਂ ਧਿਰਾਂ ਨੂੰ ਸਮਝਾਇਆ ਜਾਂਦਾ ਆਖਰ ਨੂੰ ਸਮਝੌਤਾ ਹੀ ਹੁੰਦਾ ਜਿਹਦੇ ਵਿੱਚ ਕਸੂਰ ਹੁੰਦਾ ਪੰਚਾਇਤ ਉਹਨੂੰ ਪਿਆਰ ਨਾਲ ਝਿੜਕ ਵੀ ਦਿੰਦੀ ਸਾਰੀ ਪੰਚਾਇਤ ਦਾ ਇਹ ਪੱਕਾ ਸੁਣ ਸੀ ਕਿ ਉਹਨਾਂ ਚੋਂ ਕੋਈ ਪੰਚਾਇਤ ਮੈਂਬਰ ਕਿਸੇ ਇੱਕ ਧਿਰ ਦੀ ਤਰਫਦਾਰੀ ਨਹੀਂ ਕਰਦਾ ਜਿਵੇਂ ਕਿ ਪਿੰਡ ਪਿੰਡਾਂ ਦਾ ਸੱਭਿਆਚਾਰ ਹੈ ਕੋਈ ਕਿਸੇ ਦੀ ਚੱਲਦਾ ਨਹੀਂ ਸੀ ਮਾੜਾ ਜਿਹਾ ਕੋਈ ਤਕਰਾਰ ਹੁੰਦਾ ਲੋਕ ਕਿਸੋ ਕਿਸੇ ਹੋ ਜਾਂਦੇ ਦਾੰਗਾਂ ਤੇ ਗੰਡਾਸੇ ਚੱਲ ਜਾਂਦੇ ਕਦੇ ਵੱਡ ਟੁੱਕ ਵੀ ਹੋ ਜਾਂਦੀ ਪੰਚਾਇਤ ਮੈਂਬਰਾਂ ਨੂੰ ਪਤਾ ਲੱਗਦਾ ਤਾਂ ਝੱਟ ਜਾ ਕੇ ਮੌਕਾ ਸਾਹਮ ਲੈ ਲੈਂਦੇ ਤੇ ਟਿਕ ਟਿਕਾ ਕਰਵਾ ਦਿੰਦੇ ਪਰ ਕਦੇ ਕੋਈ ਥਾਣੇ 'ਚ ਨਹੀਂ ਜਾਂਦਾ ਸੀ ਮੁਕੱਦਮਾ ਪੰਚਾਇਤ 'ਚ ਹੀ ਲਿਆਂਦਾ ਜਾਂਦਾ ਪੰਚਾਇਤ ਦੰਡ ਲਾ ਦਿੰਦੀ ਅਗਲਾ ਹੱਸ ਕੇ ਜੁਰਮਾਨਾ ਭਰਦਾ ਪਿੰਡ ਦੇ ਚੁਦਾਗਰ ਸਿੰਘ ਤੇ ਪੰਚਾਇਤ ਮੈਂਬਰ ਸਾਥੀਆਂ ਵੱਲੋਂ ਕੁਝ ਇਸ ਤਰ੍ਹਾਂ ਦੀ ਭਾਵਨਾ ਪੈਦਾ ਕਰ ਦਿੱਤੀ ਗਈ ਸੀ ਕਿ ਪੰਚਾਇਤ ਮਾਈ ਬਾਪ ਹੁੰਦੀ ਹੈ ਪੰਚਾਇਤ ਨੂੰ ਸਾਰਾ ਪਿੰਡ ਕੀ ਅਮੀਰ ਕੀ ਗਰੀਬ ਕੀ ਜੱਟ ਕੀ ਕੋਈ ਹੋਰ ਕਥਿਤ ਛੋਟੀ ਜਾਤ ਸਭ ਇਕ ਨੇ ਪੰਚਾਇਤ ਜੇ ਕਿਸੇ ਨੂੰ ਬੁਰਾ ਭਲਾ ਆਖਦੀ ਹੈ ਜਾਂ ਕੋਈ ਦੰਡ ਦਿੰਦੀ ਹੈ ਉਹ ਖੜੇ ਮੱਥੇ ਮਨਜ਼ੂਰ ਕਰਨਾ ਚਾਹੀਦਾ ਹੈ ਪੰਚਾਇਤ ਤਾਂ ਮਨ ਸ਼ਾਂਤੀ ਚਾਹੁੰਦੀ ਹੈ ਪੰਚਾਇਤ ਇਹ ਚਾਹੁੰਦੀ ਹੈ ਕਿ ਹਰ ਕੋਈ ਚਾਹੇ ਉਹਦਾ ਕੋਈ ਵੀ ਕੰਮ ਹੈ ਆਪਣੇ ਕੰਮ 'ਚ ਹੀ ਬਸ ਮਸਤ ਰਹੇ ਆਪਣਾ ਟੱਬਰ ਪਾਲੇ। ਜਗਤਪੁਰ ਦੀ ਪੰਚਾਇਤ ਨੇ ਆਲੇ ਦੁਆਲੇ ਦੇ ਪਿੰਡਾਂ ਲਈ ਇੱਕ ਮਿਸਾਲ ਕਾਇਮ ਕਰ ਦਿੱਤੀ। ਪਰ ਚੜੀ ਫੇਰ ਗੱਲਾਂ ਹੁੰਦੀਆਂ ਕਿ ਪੰਚਾਇਤ ਹੋਵੇ ਤਾਂ ਭਾਈ ਜਗਤਪੁਰ ਵਰਗੀ ਪੰਚਾਇਤ ਹੋਵੇ। ਧਰਮਾਤਮਾ ਬੰਦੇ ਗੱਲਾਂ ਕਰਦੇ ਕਿ ਜਗਤਪੁਰ ਦੀ ਪੰਚਾਇਤ 'ਚ ਰੱਬ ਵਸਿਆ ਹੋਇਆ ਹੈ। ਜਾਗਰੂਕ ਬੰਦਿਆਂ 'ਚ ਗੱਲਾਂ ਹੁੰਦੀਆਂ ਕਿ ਜਗਤਪੁਰ ਦੀ ਪੰਚਾਇਤ ਉੱਥੋਂ ਦੀ ਨੌਜਵਾਨ ਸਭਾ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਮੁੰਡੇ ਕਿਤਾਬਾਂ ਪੜ੍ਹਦੇ ਨੇ। ਖ਼ਬਰਾਂਾਂ ਤੇ ਟੈਲੀਵਿਜ਼ਨ ਰਾਹੀਂ ਉਹਨਾਂ ਕੋਲ ਨਵੀਂ ਨਵੀਂ ਤੋਂ ਨਵੀਂ ਜਾਣਕਾਰੀ ਪਹੁੰਚਦੀ ਹੈ। ਉਹ ਬਾਹਰਲੇ ਸਮਾਜਵਾਦੀ ਦੇਸ਼ਾਂ ਬਾਰੇ ਭਲੀ-ਭਾਂਤ ਜਾਣਦੇ ਨੇ। ਉਹਨਾਂ ਦੇ ਦਿਮਾਗ 'ਚ ਨਵੇਂ ਸਮਾਜ ਦੀ ਉਸਾਰੀ ਦਾ ਭੂਤ ਵੜਿਆ ਹੋਇਆ ਹੈ। ਇਹ ਮੁੰਡੇ ਕੁਝ ਕਰਕੇ ਸਾਹ ਲੈਣਗੇ, ਕੁਝ ਕਰਕੇ ਦਿਖਾਉਣਗੇ। ਜਿਵੇਂ ਬਰਸਾਤ ਦੇ ਮੀਂਹ 'ਚ ਭਿੱਜਿਆ ਕੋਈ ਜੰਗਲੀ ਹਿਰਨ ਜਦੋਂ ਆਪਣਾ ਪਿੰਡਾ ਛੰਡਦਾ ਹੈ ਤਾਂ ਉਹਦੇ ਸੁੱਕੇ ਵਾਲਾਂ ਦੇ ਖੱਲ ਵਿੱਚੋਂ ਧੁੱਪ ਲੱਗੀ ਤਾਂ ਇੱਕ ਮਹਿਕ ਉੱਠਣ ਲੱਗਦੀ ਹੈ। ਬਸ ਇਹੀ ਮਹਿਕ ਜਗਤਪੁਰ ਪਿੰਡ ਦੇ ਜੁੱਸੇ 'ਚ ਉੱਠਦੀ ਸੀ। ਲੋਕ ਆਪਣੇ ਕੰਮਾਂ 'ਚ ਗੜੁੱਛ ਰਹਿੰਦੇ ਸਮਾਜਿਕ ਦੁਸ਼ਮਣੀਆਂ ਜਿਵੇਂ ਸਿਰ ਚੁੱਕਣਾ ਭੁੱਲ ਗਈਆਂ ਹੋਣ ਇੱਕ ਦੌੜ ਲੱਗੀ ਹੋਈ ਸੀ ਕਿ ਕਿਸੇ ਦੇ ਕਿਹਦੇ ਖੇਤ 'ਚ ਵੱਧ ਕਣਕ ਪੈਦਾ ਹੁੰਦੀ ਹੈ ਕਿਹਦੇ ਖੇਤ 'ਚ ਵੱਧ ਨਰਮਾ ਨਿਕਲਦਾ ਹੈ ਕਿਨਾਂ ਦੇ ਮੁੰਡੇ ਕੁੜੀਆਂ ਵੱਧ ਤੋਂ ਵੱਧ ਜਮਾਤਾਂ ਪਾਸ ਕਰਦੇ ਜਾ ਰਹੇ ਆ ਕਿਸ ਪੜ੍ਹੇ ਲਿਖੇ ਮੁੰਡੇ ਨੇ ਲਾਇਬ੍ਰੇਰੀ 'ਚ ਕਿੰਨੀਆਂ ਕਿਤਾਬਾਂ ਕਢਵਾ ਕੇ ਪੜ੍ਹੀਆਂ ਇੱਕ ਸਵੇਰ ਗਜ਼ਬ ਹੋ ਗਿਆ ਪਿੰਡ 'ਚ ਅਣਹੋਣੀ ਵਾਪਰ ਗਈ ਸੀ ਕੋਈ ਅਚਨਚੇਤੀ ਆਫਤ ਟੁੱਟੀ ਸੀ ਜਿਵੇਂ ਕਿਸੇ ਨੂੰ ਪੈਰ ਦੇ ਤੜਕੇ ਭਿਆਨਕ ਸੁਪਨਾ ਆਇਆ ਹੋਵੇ ਤੇ ਉਹ ਸੁਪਨਾ ਦੇਖ ਕੇ ਮਨਜੀ ਤੋਂ ਹੀ ਥੱਲੇ ਡਿੱਗ ਪਿਆ ਹੋਵੇ ਸਵੇਰੇ ਸਵੇਰੇ ਲੋਕ ਲਸਾੜਾ ਡਰੇਨ ਦੇ ਪੁਲ ਤੋਂ ਪਾਰ ਆਪਣੇ ਖੇਤਾਂ ਵੱਲ ਗਏ ਪੁਲ ਦੀਆਂ ਜੜਾਂ 'ਚ ਸੁੱਕੀਆਂ ਝਾੜੀਆਂ ਨੇ ਇੱਕ ਬੰਦੇ ਦੀ ਲਾਸ਼ ਨੂੰ ਫੜਿਆ ਹੋਇਆ ਸੀ ਬੰਦਿਆਂ ਨੇ ਕਿਵੇਂ ਨਾ ਕਿਵੇਂ ਲਾਸ਼ ਬਾਹਰ ਕੱਢੀ ਉਹਨੂੰ ਸਿਆਣ ਲੈਣਾ ਮੁਸ਼ਕਲ ਸੀ ਲਾਸ਼ ਫੁੱਲ ਚੁੱਕੀ ਸੀ ਚਿਹਰਾ ਬੇਸਿਆਣ ਹੋਇਆ ਪਿਆ ਸੀ ਅਖੀਰ ਅੰਦਾਜ਼ੇ ਲਾ ਕੇ ਉਹਨੂੰ ਸਿਆਣਿਆਂ ਗਿਆ ਪੱਕੀ ਪਛਾਣ ਕੀਤੀ ਕਿਸੇ ਨੇ ਇਹ ਬੁੱਢੇ ਫੌਜੀ ਗੱਜਾਸੂਨ ਦੀ ਲਾਸ਼ ਸੀ ਅੰਗ 40 ਗੱਜਾਸੂਨ ਛੋਟੀ ਉਮਰ ਚ ਫੌਜ ਚ ਭਰਤੀ ਹੋ ਗਿਆ ਸੀ ਚਾਹੇ ਦੂਜੀ ਵੱਡੀ ਸੰਸਾਰ ਲੜਾਈ ਕਦੋਂ ਦੀ ਖਤਮ ਹੋ ਚੁੱਕੀ ਸੀ ਫਿਰ ਦੇਸ਼ ਵੀ ਆਜ਼ਾਦ ਹੋ ਗਿਆ ਪਰ ਫੌਜ ਵਿੱਚ ਭਰਤੀ ਲਗਾਤਾਰ ਜਾਰੀ ਸੀ ਮੁੰਡੇ ਭਰਤੀ ਹੋ ਰਹੇ ਸਨ ਜਗਤਪੁਰ ਦੇ ਫੌਜੀ ਮੁੰਡੇ ਛੁੱਟੀ ਕੱਟਣ ਆਉਂਦੇ ਗੱਜਾਸੂਨ ਨੂੰ ਚੰਗੇ ਚੰਗੇ ਲੱਗਦੇ ਉਹਨਾਂ ਦੀਆਂ ਗੱਲਾਂ ਸੁਣਦਾ ਉਹਦਾ ਵੀ ਫੌਜ ਚ ਭਰਤੀ ਹੋਣ ਨੂੰ ਜੇ ਕਰਦਾ ਮਾਂ-ਬਾਪ ਦਾ ਇਕਲੌਤਾ ਹੀ ਪੁੱਤਰ ਸੀ ਜ਼ਮੀਨ ਥੋੜੀ ਸੀ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ بس ਇੱਕ ਕੁਮਾਨ ਜ਼ਮੀਨ ਸੀ ਉਹਨਾਂ ਕੋਲ ਉਹਦਾ ਬਾਪ ਹਿੱਸੇ ਤੇ ਹੋਰ ਜ਼ਮੀਨ ਲੈ ਕੇ ਦੋ ਬਲਦਾਂ ਦੀ ਵਾਹੀ ਕਰਦਾ ਤੇ ਜਦੋਂ ਪਿੰਡ ਦੇ ਹੋਰ ਫੌਜੀ ਮੁੰਡਿਆਂ ਦੇ ਮਨੀ ਆਰਡਰ ਆਉਂਦੇ ਗੱਜਾ ਸੌਂ ਦੇ ਮਾਪਿਆਂ ਨੂੰ ਵੀ ਲਾਲਚ ਜਾਗਦਾ ਜੇ ਕਿਤੇ ਉਹਨਾਂ ਦਾ ਪੁੱਤਰ ਵੀ ਫੌਜ ਚ ਚਲਿਆ ਜਾਏ ਚੰਗੇ ਕੱਪੜੇ ਪਹਿਨੇ ਝੱਜ ਦੀ ਰੋਟੀ ਖਾਵੇ ਵੰਟਣ ਕੀ ਰਿਆ ਕਰੇ ਤੇ ਉਹਨਾਂ ਨੂੰ ਪੈਸੇ ਵੀ ਭੇਜੇ ਗੱਜਾ ਸੋਂ ਮਾਂ ਬਾਪ ਦੀ ਮਰਜ਼ੀ ਨਾਲ ਹੀ ਭਰਤੀ ਹੋਇਆ ਤੇ ਫਿਰ ਉਹਦੇ ਵੀ ਮਨੀ ਆਰਡਰ ਆਉਣ ਲੱਗੇ ਸਨ 10 ਕੁ ਸਾਲ ਲੰਘੇ ਉਹਨਾਂ ਦੇ ਘਰ ਦੀ ਹਾਲਤ ਕੁਝ ਕੁ ਸੁਧਰਨ ਲੱਗੀ ਗੱਜਾ ਸੋਂ ਨੂੰ ਸਾਖ ਵੀ ਹੋ ਗਿਆ ਉਹਨਾਂ ਦਿਨਾਂ 'ਚ ਫੌਜੀਆਂ ਨੂੰ ਰਿਸ਼ਤੇ ਹੋ ਜਾਂਦੇ ਸਨ ਉਹਨਾਂ ਨੂੰ ਆਮ ਸਰਕਾਰੀ ਮੁਲਾਜ਼ਮਾ ਵਾਂਗੀ ਸਮਝਿਆ ਜਾਂਦਾ ਤਨਖਾਹ ਪੈਂਦੀ ਸੀ ਚੰਗਾ ਪਹਿਨਣ ਖਾਣ ਸੀ ਫੌਜੀ ਨੂੰ ਕੁੜੀ ਦੇਣਾ ਲੋਕ ਚੰਗਾ ਸਮਝਦੇ ਲੋਕ ਗੀਤ ਬਣੇ ਸੀ ਵਸਣਾ ਫੌਜੀ ਦੇ ਚਾਹੇ ਸਣੇ ਬੂਟ ਲੱਤ ਮਾਰੇ ਬਹੁ ਸਾਸ ਸਹੌਰੇ ਕੋਲ ਜਗਤਪੁਰ ਰਹਿੰਦੀ ਗੱਜਾ ਸਾਲ ਟਿਕ ਵਰ 2 ਮਹੀਨਿਆਂ ਦੀ ਛੁੱਟੀ ਆਉਂਦਾ ਸੀ 1 ਮਹੀਨਾ ਤਾਂ ਉਹਦਾ ਰਿਸ਼ਤੇਦਾਰੀਆਂ ਚ ਮਿਲਣ ਫੌਜੀ ਮਿੱਤਰਾਂ ਦੇ ਪਿੰਡੀ ਜਾਣ ਸਹੌਰੀ ਜਾ ਕੇ ਰੱਤਾਂ ਕੱਟਣ ਸੀ ਲੰਘ ਜਾਂਦਾ ਬਹੁ ਕੋਲ ਆਪਣੇ ਘਰ ਇੱਕ ਮਹੀਨਾ ਹੀ ਉਹ ਰਹਿੰਦਾ ਤੇ ਜਦੋਂ ਕਦੇ ਮੌਕਾ ਲੱਗਦਾ ਗੱਜਾ ਬਹੁ ਨੂੰ ਨਾਲ ਫੌਜ ਚ ਵੀ ਲੈ ਜਾਂਦਾ ਘਰੇਲੂ ਫੌਜੀਆਂ ਨੂੰ ਵੱਖਰੇ ਕੁਆਟਰ ਵੀ ਮਿਲ ਜਾਂਦੇ ਵਿਆਹ ਨੂੰ 10-12 ਸਾਲ ਬੀਤ ਚੁੱਕੇ ਸੀ ਰੱਬ ਦੀ ਮਰਜ਼ੀ ਗੱਜੇ ਦੀ ਬਹੂ ਕੋਲ ਕੋਈ ਨਿਆਣਾ ਨਿੱਕਾ ਨਹੀਂ ਸੀ ਉਹਨੇ ਉਦੋਂ ਕਦੇ ਜਾ ਕੇ ਮੁੰਡਾ ਜੰਮਿਆ ਜਦੋਂ ਗੱਜੇ ਦੀ ਪੈਨਸ਼ਨ ਹੋ ਕੇ ਆਉਣ ਸਿਰਫ 4 ਸਾਲ ਬਾਕੀ ਰਹਿੰਦੇ ਸੀ ਮੁੰਡਾ ਉਹੀ ਸੀ ਆਹਾ ਮੱਖਣ ਜਿਹੜਾ ਵੱਡਾ ਹੋ ਕੇ ਫਿਰ ਕਬੱਡੀ ਦਾ ਵਧੀਆ ਖਿਡਾਰੀ ਬਣਿਆ ਫਿਰ ਨੌਜਵਾਨ ਸਭਾ 'ਚ ਹਿੱਸਾ ਲੈਣ ਲੱਗਿਆ ਪੰਚਾਇਤ ਮੈਂਬਰ ਵੀ ਚੁਣਿਆ ਗਿਆ ਇੱਕੋ ਮੁੰਡਾ ਸੀ ਗੱਜੇ ਦੇ ਤੇ ਮੁੜ ਕੇ ਕੋਈ ਜਵਾਕ ਨਹੀਂ ਹੋਇਆ ਬਹੂ ਉਹਨੂੰ ਬੜੇ ਚਾਮਲਹਾਰ ਨਾਲ ਪਾਲਦੀ ਰਹੀ ਕਦੇ ਜਗਤਪੁਰ ਹੁੰਦੀ ਕਦੇ ਆਪਣੇ ਪੇਕੇ ਪਿੰਡ ਗੱਜੇ ਦੇ ਪਿਓ ਨੇ ਖੇਤੀ ਦਾ ਕੰਮ ਛੱਡਿਆ ਨਹੀਂ ਸੀ ਘਟਾ ਜ਼ਰੂਰ ਦਿੱਤਾ ਹਿੱਸੇ ਤੇ ਜ਼ਮੀਨ ਥੋੜੀ ਲਾਂਦਾ ਜਿੰਨੀ ਕੋ ਕਰ ਸਕਦਾ ਇਕੱਲਾ ਬੰਦਾ ਸੀ ਪਹਿਲਾਂ ਤਾਂ ਜਦੋਂ ਗੱਜਾ ਇੱਥੇ ਸੀ ਉਹਦਾ ਸਹਾਰਾ ਸੀ ਫਿਰ ਉਹਨੇ ਕਈ ਸਾਲ ਸੀਰੀ ਵੀ ਰੱਖਿਆ ਹੁਣ ਸਿਰਫ ਇੱਕ ਨੌਕਰ ਸੀ ਜਿਹੜਾ ਘਰ ਚ ਮਾਲ ਠੰਡਾ ਵੀ ਸਾਮਦਾ ਖੇਤ ਦਾ ਕੰਮ ਵੀ ਕਰਾਉਂਦਾ ਦੋ ਬਲਦਾਂ ਤੋਂ ਬਗੈਰ ਉਹਨਾਂ ਕੋਲ ਇੱਕ ਮੱਝ ਸੀ ਬਸ ਉਹਦੇ ਪਸ਼ੂ ਬਹੁਤੇ ਪਸ਼ੂ ਰੱਖਣ ਦੀ ਨਾ ਹੁਣ ਹਿੰਮਤ ਸੀ ਤੇ ਨਾ ਲੋੜ ਇੱਕ ਮੱਝ ਨਾਲ ਘਰ ਦਾ ਡੰਗਾ ਲਈ ਜਾਂਦਾ ਦੁੱਧ ਤਾਂ ਜ਼ਰੂਰੀ ਸੀ ਮੱਖਣ ਤੇ ਮੱਖਣ ਦੀ ماں ਨੂੰ ਦੁੱਧ ਕਿਉਂ ਜ਼ਰੂਰੀ ਸੀ ਇੱਕੋ ਤੱਕ ਪੋਤਾ ਸੀ ਉਹਨਾਂ ਦੇ ਉਹ ਬੜੇ ਲਾਟ ਚਾਣ ਨਾਲ ਉਹਨੂੰ ਪਾਲ ਰਹੇ ਸੀ ਗੱਜਾ ਫੌਜ ਤੋਂ ਉਹਨਾਂ ਨੂੰ ਤੀਜੇ ਚੌਥੇ ਮਹੀਨੇ ਪੈਸੀ ਮੰਨੀ ਆਰਡਰ ਕਰਕੇ ਭੇਜਦਾ ਰਹਿੰਦਾ ਸੀ ਤੇ ਜਦੋਂ ਛੁੱਟੀ ਆਉਂਦਾ ਉਦੋਂ ਵੀ ਇਕੱਠੇ ਪੈਸੀ ਲੈ ਕੇ ਆਉਂਦਾ ਉਹ ਨਾਲ ਦੀ ਨਾਲ ਮਕਾਨ ਦਾ ਵੀ ਕੁਝ ਨਾ ਕੁਝ ਕਰੀ ਜਾਂਦਾ ਕਿਸੇ ਸਾਲ ਨਵੀਂ ਬੈਠਕ ਪਾਤੀ ਕਿਸੇ ਸਾਲ ਨਵੀਂ ਰਸੋਈ ਜਿਵੇਂ ਜਿਵੇਂ ਉਹਦੀ ਘਰ ਵਾਲੀ ਚਾਹੁੰਦੀ ਇੱਕ ਸਾਲ ਪਿਛਲੀਆਂ ਦੋਵੇਂ ਸਬਰ ਤਾਂ ਟਾ ਕੇ ਦੋ ਵਧੀਆ ਨਵੇਂ ਕਮਰੇ ਬਣਾਤੇ ਤੇ ਗੱਜੇ ਦਾ ਪਿਓ ਵੀ ਮਕਾਨ ਦਾ ਕੁਝ ਨਵਾਂ ਕਰਨ ਵੇਲੇ ਚਾਹੇ ਕਿਤੋਂ ਲਿਆਉਂਦਾ ਮਦਦ ਕਰਦਾ ਤੇ ਜਦੋਂ ਗੱਜਾ ਪੈਨਸ਼ਨ ਆਇਆ ਉਹਨਾਂ ਦਾ ਮਕਾਨ ਮੁਕੰਮਲ ਸੀ ਗੱਜਾ ਨੂੰ ਜਦੋਂ ਪੈਨਸ਼ਨ ਆਇਆ ਉਹ ਹਾਲਦਾਰੀ ਪੈਨਸ਼ਨ ਆਇਆ ਸੀ ਕੁਝ ਸਾਲਾਂ ਬਾਅਦ ਹੀ ਉਹਦਾ ਪਿਓ ਮਰ ਗਿਆ ਗੱਜਾ ਨੂੰ ਪੈਨਸ਼ਨ ਆਉਂਦੀ ਖੇਤੀ ਦੇ ਕੰਮ 'ਚ ਪੈ ਗਿਆ ਜਦੋਂ ਕਦੇ ਉਹ ਛੁੱਟੀ ਆਉਂਦਾ ਸੀ ਉਦੋਂ ਵੀ ਤਾਂ ਉਹ ਖੇਤ ਜਾਂਦਾ ਆਪਣੇ ਪਿਓ ਦੀ ਮਦਦ ਕਰਦਾ ਉਹਨੂੰ ਹਲਵਾਉਣ ਤੇ ਬੀਜ ਬਜਾਈ ਕਰਨ ਤੋਂ ਲੈ ਕੇ ਕਪਾਹ ਦੀ ਗੁੱਡਗਟਾਈ ਕਣਕ ਦੀ ਵਾਢੀ ਵੱਟਾਂ ਪਾਉਣਾ ਤੇ ਪਿੰਡ ਦਾ ਸਾਰਾ ਕੰਮ ਆਉਂਦਾ ਸੀ। ਇਹੀ ਵਜ੍ਹਾ ਸੀ ਕਿ ਜਦੋਂ ਪੈਨਸ਼ਨ ਆ ਕੇ ਉਹਨੇ ਖੇਤੀ ਦਾ ਕੰਮ ਸ਼ੁਰੂ ਕੀਤਾ ਤਾਂ ਉਹਨੂੰ ਕੋਈ ਔਖਾਈ ਨਹੀਂ ਆਈ। ਫੌਜ ਦੀ ਨੌਕਰੀ 'ਚ ਉਹਦਾ ਹੰਢਿਆ ਫਲਿਆ ਸਰੀਰ ਖੇਤੀ ਦੇ ਪਸ਼ੂਾਂ ਜੇ ਅਣਖਿਜ ਕੰਮ 'ਚ ਬਹੁਤ ਸਹਾਇਕ ਸਿੱਧ ਹੋਇਆ। ਉਹ ਜਦੋਂ ਛੁੱਟੀ ਮਾਰ ਕੇ ਕੰਮ ਨੂੰ ਜੁਟ ਜਾਂਦਾ ਤਾਂ ਦੇਖਣ ਵਾਲੇ ਨੂੰ ਲੱਗਦਾ ਜਿਵੇਂ ਉਹਨੂੰ ਕੋਈ ਕਮਲ ਚੜਿਆ ਹੋਵੇ। ਤੇ ਉਹ ਬੇਸੁੱਧ ਹੋਇਆ ਕੰਮ ਨੂੰ ਅੱਗੇ ਲਾਈ ਫਿਰਦਾ ਪੈਨਸ਼ਨ ਲੈ ਕੇ ਜਿਹੜਾ ਸਰਕਾਰ ਵੱਲੋਂ ਉਹਨੂੰ ਇਕੱਠਾ ਪੈਸਾ ਮਿਲਿਆ ਸੀ ਉਹਦੇ ਨਾਲ ਉਹਨੇ ਸਭ ਤੋਂ ਪਹਿਲਾਂ ਜੱਟਾਂ ਵਾਲਾ ਸ਼ੌਕ ਪੂਰਾ ਕੀਤਾ ਜ਼ਮੀਨ ਦੇ ਚਾਰ ਕਿੱਲੇ ਖਰੀਦ ਲਏ ਉਹਦੇ ਸਹੁਰੇ ਤੱਕੜੇ ਸੀ ਕੁਝ ਮਦਦ ਉਹਦੇ ਸਾਲੇ ਨੇ ਵੀ ਕੀਤੀ ਸੀ ਇਹ ਸੋਚ ਕੇ ਵੀ ਕਿ ਚਲੋ ਕੁੜੀ ਦੀ ਜਿਜ਼ਾਦ ਹੀ ਬਣਦੀ ਹੈ ਪਰ ਉਹਨਾ ਕੱਲਾ ਪੁੱਤ ਹੈ ਉਹਦੀ ਜ਼ਮੀਨ ਕਿਹੜਾ ਕਿਸੇ ਹੋਰ ਭੈਣ ਭਰਾਣੇ ਵੰਡਾ ਲੈਣੀ ਹੈ ਜ਼ਮੀਨਾਂ ਦੇ ਭਾਅ ਵੱਧ ਚੁੱਕੇ ਸੀ ਕੁਝ ਰਕਮ ਉਹਨੇ ਬਠਿੰਡੇ ਤੇ ਦੇਸਰਾਜ ਆੜਤੀਏ ਤੋਂ ਵੀ ਵਿਆਜੂ ਫੜੀ ਸੀ ਤਾਂ ਕਿਤੇ ਜਾ ਕੇ ਚਾਰ ਕਿੱਲੇਾਂ ਦੀ ਰਜਿਸਟਰੀ ਹੋਈ ਸੀ ਹੁਣ ਇਹ ਪੰਜ ਕਿੱਲੇ ਇੱਕ ਹਲ ਦੀ ਵਾਈ ਲਈ ਬਹੁਤ ਸਨ ਤੇ ਉਹਦਾ ਬਾਪ ਬਹੁਤ ਖੁਸ਼ ਹੋਇਆ ਸੀ ਹੱਕ ਕੱਢ ਕੇ ਸਾਥ ਜੀ ਦੀ ਲੰਗਦਾ ਕਿ ਉਹਦੇ ਪੁੱਤ ਨੇ ਪੈਨਸ਼ਨ ਆ ਕੇ ਜਾਇਦਾਦ ਬਣਾਈ ਹੈ ਹੁਣ ਉਹ ਵੀ ਸ਼ਰੀਕ ਜੱਟਾਂ ਚ ਬੈਠਣ ਜੋਗਾ ਹੋ ਗਿਆ ਨਹੀਂ ਤਾਂ ਪਹਿਲਾਂ ਇੱਕ ਕਿੱਲੇ ਵਾਲੇ ਜੱਟ ਨੂੰ ਲੋਕ ਲਾਗੀ ਜਿਹੀ ਸਮਝਦੇ ਗੱਜਾ ਸੂ ਪੰਜ ਕਿੱਲੇਾਂ ਦੀ ਖੇਤੀ ਬਲਦਾਂ ਨਾਲ ਹੀ ਕਰਦਾ ਸੀ ਉਨੇ ਸਿਰੀ ਨਹੀਂ ਰੱਖਿਆ ਇੱਕ ਨੌਕਰ ਸੀ ਬਸ ਉਹੀ ਮੱਝ ਸੰਭਾਲਦਾ ਬਲਦਾਂ ਨੂੰ ਕੱਖ ਪੱਠਾ ਪਾਉਂਦਾ ਬਾਕੀ ਦੇ ਸਮੇਂ 'ਚ ਗੱਜਾ ਸੂੰ ਨਾਲ ਖੇਤ 'ਚ ਕੰਮ ਕਰਦਾ ਮਾਂ ਤੋਂ ਇਨਾ ਕੰਮ ਹੁੰਦਾ ਨਹੀਂ ਸੀ ਮੱਝ ਦੀ ਧਾਰ ਗੱਜਾ ਸੂੰ ਦੀ ਘਰ ਵਾਲੀ ਕੱਢਦੀ ਬਾਕੀ ਦੁੱਧ ਬਾਦ ਸੰਭਾਲਦੀ ਘਰ ਦਾ ਸਾਰਾ ਕੰਮ ਗੱਜੇ ਦੀ ਘਰ ਵਾਲੀ ਕਰਦੀ ਮਾਂ ਦਾ ਚਿੱਤ ਲੋਟ ਹੁੰਦਾ ਤਾਂ ਕਿਸੇ ਕੰਮ ਨੂੰ ਹੱਥ ਪਾ ਲੈਂਦੀ ਨਹੀਂ ਤਾਂ ਮੰਜੇ ਤੇ ਪਈ ਬੈਠੀ ਰਹਿੰਦੀ ਬਹੂ ਨੂੰ ਮਤਾਂ ਦਿੰਦੀ ਰਹਿੰਦੀ ਬਹੂ ਨੇ ਮਾਂ ਨੂੰ ਕਦੇ ਕਿਸੇ ਕੰਮ ਲਈ ਨਹੀਂ ਆਖਿਆ ਜਿੱਦਨ ਦਾ ਗੱਜੇ ਦਾ ਪਿਓ ਮਰਿਆ ਸੀ 부ੜੀ ਥਿਵਦੀ ਥਿਵਦੀ ਤੁਰ ਜਾਂਦੀ। ਉਹਨੂੰ ਭੁੱਖ ਘਟ ਲੱਗਦੀ ਘਰ ਸੁਨਣਾ ਜਿਹਾ ਲੱਗਦਾ ਉਹ ਆਣ ਗਵਾਂਚ ਜਾ ਕੇ ਪਿੰਡ ਚ 부ੜੀਆਂ ਦੇ ਨਾਲ ਗੱਲਾਂ ਮਾਰਨ ਤੁਰ ਪੈਂਦੀ। 부ੜੀਆਂ ਚ ਜਾ ਕੇ ਉਹਦਾ ਮਨ ਕੁਝ ਕੁਝ ਪਰਚ ਜਾਂਦਾ ਸੀ। ਹਰ 부ੜੀ ਉਹਨੂੰ ਇੱਕ ਗੱਲ ਜ਼ਰੂਰ ਪੁੱਛਦੀ ਵੀ ਨੂਹ ਆਦਰ ਨਾਲ ਟੁੱਕ ਦਿੰਦੀ ਏ। 부ੜੀਆਂ ਨਾ ਉਹਨੂੰ ਗੱਜੇ ਬਾਰੇ ਪੁੱਛਦੀਆਂ ਨਾ ਪੋਤੇ ਦੀ ਗੱਲ ਕਰਦੀਆਂ ਉਹ ਚਿੱਤੋਂ ਉਹਦੀ ਨੂਹ ਦੀਆਂ ਚੁਗਲੀਆਂ ਸੁਣਨੀਆਂ ਚਾਹੁੰਦੀਆਂ। ਉਹਨੇ ਕਦੇ ਵੀ ਆਪਣੀ ਨੂਹ ਦੀ ਬਦਖੋਈ ਨਹੀਂ ਕੀਤੀ। ਹਮੇਸ਼ਾ ਉਹਦੇ ਕੰਮ ਉਸਰਾਉਂਦੀ ਬੁੜੀਆਂ ਉਦਰਿਆਂ ਉਦਰ ਆ ਕੇ ਪੁੱਛਦੀਆਂ ਉਹ ਫਿਰ ਵੀ ਬਹੂ ਦੀ ਤਾਰੀਫ਼ ਕਰਦੀ ਆਖਦੀ ਨਾ ਭਾਈ ਮੇਰਾ ਤਾਂ ਬਥੇਰਾ ਕਰਦੀ ਆ ਸਾਡੀ ਬਹੂ ਕਦੇ ਮੂਰੇ ਨਹੀਂ ਬੋਲੀ ਨਾ ਮੁੰਡਾ ਬੋਲਿਆ ਕਦੇ ਕੁਝ ਜਿਉਂਦੇ ਰਹਿਣ ਪੈਣੇ ਆਪ ਦਾ ਜਵਾਨੀਆਂ ਮੰਨਣ ਤੇ ਜਦੋਂ ਉਹਦੇ ਬਹੂ ਕੋ ਜਦੋਂ ਉਹਦੇ ਕੋਲੋਂ ਬਹੂ ਦੀ ਕੋਈ ਵੀ ਮਾੜੀ ਗੱਲ ਨਾ ਨਿਕਲਦੀ ਤਾਂ ਹੋਰ ਗੱਲਾਂ ਕਰਨ ਲੱਗਦੀਆਂ ਸ਼ਰੀਕੇ ਕਬੀਲੇ ਦੀਆਂ ਬਹੂਆਂ ਗੱਜੇ ਦੀ ਮਾਂ ਦੇ ਪੈਰੀਂ ਹੱਥ ਲਾਉਂਦੀਆਂ ਉਹਨਾਂ ਨੂੰ ਲੰਮੀਆਂ ਆਸ਼ੀਸ਼ਾਂ ਦਿੰਦੀ ਇੱਕ ਦੋ ਮੱਤਾਂ ਵੀ ਦੇ ਜਾਂਦੀ ਇੰਜ 2-4 ਘੰਟੇ ਘਰੋਂ ਬਾਹਰ ਗੁਜ਼ਾਰ ਕੇ ਬੁੜੀ ਨੂੰ ਰੋਟੀ ਹਜ਼ਮ ਹੋ ਜਾਂਦੀ ਉਹਦਾ ਚਿੱਤ ਲੱਗਿਆ ਰਹਿੰਦਾ ਤੇ ਜੇ ਕਦੀ ਕੋਈ ਤੱਦੀ ਦਾ ਕੰਮ ਹੁੰਦਾ ਜਾਂ ਜਿਹੜਾ ਕੰਮ ਬਲਦਾਂ ਨਾਲ ਨਾ ਹੋ ਸਕਦਾ ਉਹਦੇ ਲਈ ਗੱਜਾ ਸੋਂ ਪਿੰਡ ਚੋਂ ਕਰਾਏ ਦਾ ਟਰੈਕਟਰ ਲੈ ਆਉਂਦਾ ਪਿੰਡ ਚ ਕਈ ਅਜਿਹੇ ਟਰੈਕਟਰ ਸੀ ਜਿਹੜੇ ਕਿਰਾਏ ਪਾੜੇ ਦਾ ਕੰਮ ਕਰਦੇ ਸਮਝਦਾਰ ਕਿਸਾਨ ਦਿਨ ਰਾਤ ਕਮਾਈ ਕਰਦੇ ਦਿਨ ਰਾਤ ਦੇ ਵੇਲ ਦੇ ਮੰਨਿਆਂ ਦੀ ਲੋੜ ਹੁੰਦੀ ਤਾਂ ਬੰਦੇ ਬਿੜੀ ਤੇ ਆ ਜਾਂਦੇ ਬਿੜੀ ਦਾ ਕੰਮ ਉਹਦਾ ਨੌਕਰਕਰ ਆਉਂਦਾ ਸੀ ਹੋਰ ਬਹੁਤੇ ਬੰਦਿਆਂ ਦੀ ਲੋੜ ਵੇਲੇ ਦਿਹਾੜੀ ਇਹ ਮਿਲ ਜਾਂਦੀ ਸੀ ਹੁਣ ਤਾਂ ਪਿੰਡ 'ਚ ਬਿਹਾਰੀ ਮਜ਼ਦੂਰ ਵੀ ਰਹਿੰਦੇ ਜਿਹੜੇ ਖੇਤੀ ਦਾ ਕੰਮ ਹੀ ਕਰਦੇ ਦਿਹਾੜੀ ਤੇ ਜਾਂਦੇ ਇਹ ਬਿਹਾਰੀ ਭਈਏ ਦਾ ਸਭ ਮਜਬੀ ਰਾਮਦਾਸੀਆਂ ਨਾਲੋਂ ਵੱਧ ਕੰਮ ਨਿਭੇੜਦੇ ਕੁਝ ਸਾਲਾਂ ਬਾਅਦ ਫਿਰ ਗੱਜਾ ਸੌਂ ਦੀ ਮਾਂ ਵੀ ਚਲਾਣਾ ਕਰ ਗਈ ਪਹਿਲਾਂ ਪਿਓ ਹੁਣ ਫੇਰੇ ਮਾਂ ਦੇ ਮਰਨ ਨਾਲ ਗੱਜਾ ਸੇ ਨੂੰ ਲੱਗਿਆ ਜਿਵੇਂ ਉਹ ਯਤੀਮ ਹੋ ਗਿਆ ਹੋਵੇ मां چاہے ਕੰਮ ਕੋਈ ਨਹੀਂ ਕਰਦੀ ਸੀ ਉਹਦਾ ਸਹਾਰਾ ਬਹੁਤ ਸੀ ਜਦੋਂ ਵੀ ਗੱਜਾ ਸੋਂ ਨੂੰ ਵਕਤ ਮਿਲਦਾ ਤੜਕੇ-ਤੜਕੇ ਜਾ ਥਣੇ ਰੋਟੀ ਤੋਂ ਬਾਅਦ ਉਹ ਮਾਂ ਕੋਲ ਘੰਟਾ ਅੱਧਾ ਘੰਟਾ ਜ਼ਰੂਰ ਬੈਠਦਾ ਤੇ ਉਹਦੇ ਨਾਲ ਘਰ ਕਬੀਲਦਾਰੀ ਦੀਆਂ ਗੱਲਾਂ ਕਰਦਾ ਉਹਦੀਆਂ ਸਲਾਹਾਂ ਲੈਂਦਾ ਮਾਂ ਪੁੱਤ ਕਦੇ ਸਧਾਰਨ ਜੀਆਂ ਗੱਲਾਂ ਕਰਦੇ ਕਦੇ ਬਹੁਤ ਹੌਲੀ-ਬੋਲ ਕੇ ਕੋਈ ਗੁੱਝੀ ਗੱਲ ਵੀ ਕਰ ਰਹੇ ਹੁੰਦੇ ਬਹੁਤਾ ਸੁਭਾਅ ਸੀ ਉਹ ਮਾਂ ਪੁੱਤ ਦੀਆਂ ਗੱਲਾਂ ਦੀ ਕਦੇ ਵਿੜਕ ਨਹੀਂ ਲੈਂਦੀ ਸੀ ਉਹਦੇ ਲਈ ਇਹ ਸਧਾਰਨ ਗੱਲ ਸੀ ਪੁੱਤ ਮਾਂ ਨਾਲ ਗੱਲ ਨਹੀਂ ਕਰੇਗਾ ਤਾਂ ਹੋਰ ਕਿਹਦੇ ਨਾਲ ਕਰੇਗਾ ਉਹਨੂੰ ਵੀ ਕੋਈ ਲੋੜ ਨਹੀਂ ਸੀ ਕਿ ਕਾਨੂੰਨਾਂ ਵਾਲ ਕਰੇ ਗੱਜਾ ਸੌਂ ਦਾ ਖੇਤੀ ਦਾ ਕੰਮ ਸੌਣਾ ਰੁੜੀ ਜਾ ਰਿਹਾ ਸੀ ਉਹਨ ਕੋਈ ਐਬ ਵੈਲ ਨਹੀਂ ਸੀ ਉਹ ਪਿੰਡ ਦੇ ਮੁੰਡਿਆਂ ਨਾਲ दारू ਨਹੀਂ ਪੀਂਦਾ ਸੀ ਲੋਕਾਂ ਵਿੱਚ ਤਾਂ ਮਸ਼ਹੂਰ ਸੀ ਵੀ दारू ਪੀਂਦਾ ਹੀ ਨਹੀਂ ਲੋਕ ਹੈਰਾਨ ਹੁੰਦੇ ਵੀ ਕਮਾਲ ਹੈ ਬਈ ਗੱਜਾ ਫੌਜੀ ਹੋ ਕੇ ਵੀ दारू ਨੂੰ ਹੱਥ ਨਹੀਂ ਲਾਉਂਦਾ ਬਠਿੰਡੇ ਛੌਣੀ ਚ ਫੌਜੀ ਕੰਟੇਨ ਤੇ ਉਹਦਾ ਕਾਰਡ ਬਣਿਆ ਸੀ ਇਹ ਕਾਰਡ ਉਹ ਚੋਰੀ ਸੰਭਾਲ ਕੇ ਰੱਖਦਾ ਛੌਣੀ ਜਾਣ ਦਾ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ ਸੀ ਉਦਾ ਘਰ ਚ ਵੀ ਕਿਸੇ ਨੂੰ ਇਲਮ ਨਹੀਂ ਹੁੰਦਾ ਸੀ ਕਿ ਬਠਿੰਡੇ ਅੱਜ ਉਹਨੇ ਕੈਂਟੀਨ ਤੇ ਵੀ ਜਾਣਾ ਬਠਿੰਡੇ ਹਰ ਮਹੀਨੇ ਦੋ ਬੋਤਲਾਂ ਰਮ ਦੀਆਂ ਲੈ ਕੇ ਆਉਂਦਾ ਘਰ ਚ ਬੋਤਲਾਂ ਨੂੰ ਇਹਨਾਂ ਛੁਪਾ ਕੇ ਕਿਧਰੇ ਰੱਖਦਾ ਜਿਵੇਂ ਕੋਈ ਫੇਮ ਦੀ ਡੱਬੀ ਜਾਂ ਜ਼ਹਿਰ ਦੀ ਸ਼ੀਸ਼ੀ ਛੁਪਾ ਕੇ ਰੱਖਦਾ ਹੋਵੇ ਰਾਤ ਨੂੰ ਰੋਟੀ ਖਾਣ ਤੋਂ ਪਹਿਲਾਂ ਇੱਧਰ ਉੱਧਰ ਤੁਰਦਾ ਫਿਰਦਾ ਇੱਕ ਪੈਗ ਤਕੜਾ ਜਿਹਾ ਸੰਘਾ ਸੰਘੋਂ ਥੱਲੇ ਮਾਰਦਾ ਤੇ ਪਿੱਛੋਂ ਗੰਡੇ ਦੀ ਫਾੜੀ ਚੱਬ ਲੈਂਦਾ ਉਹਦੇ ਇੰਜ ਕਰਨ ਦਾ ਬਸ ਉਹਦੀ ਘਰ ਵਾਲੀ ਨਾਮ ਉਹਨੂੰ ਪਤਾ ਸੀ ਪਰ ਗੱਜਾ ਮੱਖਣ ਦੇ ਸਾਹਮਣੇ ਕਦੇ ਪੈਗ ਨਹੀਂ ਮਾਰਦਾ ਸੀ ਉਹ ਤੋਂ ਲੁਕੋ ਰੱਖਦਾ ਸੀ ਤੇ ਬੱਚਾ ਆਵੇ ਧੰਨਵਾਦ ਚਲਦਾ